Assalamualaikum, ਕੀ ਹਾਲ ਚਾਲ ਹੈ ਜੀ। ਵੈਲਕਮ ਟੂ ਮਾਈ ਯੂਟਿਊਬ ਚੈਨਲ। ਅਤੇ ਅੱਜ ਅੱਲਾ ਦੇ ਹੁਕਮ ਨਾਲ ਅਸੀਂ ਹਾਲ ਦੇ ਵਿੱਚ ਲੈਂਡ ਹੋ ਗਏ ਹਾਂ ਜੀ। ਅਤੇ ਆ ਬਾਹਰ ਨਿਕਲਣ ਲੱਗੇ ਹਾਂ ਜੀ। ਏਅਰ ਹੋਸਟਸ ਕਹਿ ਰਹੀ ਆ ਲਾਈਕ ਯੂ, ਅਤੇ ਮੈਂ ਕਹੀ ਹਰੇ ਅੱਲਾ ਜੀ ਕਿਹਾ ਨਾ ਰਹੀ। ਸਾਨੂੰ ਕਿਸੇ ਨੇ ਪਹਿਲੀ ਵਾਰ ਵਿੱਚ ਸਾਨੂੰ ਤਾਂ ਇਹ ਤੀਕਰ ਸਾਡੀ ਮਾਂ ਨੇ ਨਹੀਂ ਕਿਹਾ ਕਿ ਮੇਰਾ ਸੋਹਣਾ ਪੁੱਤ ਆਇਆ। ਅਤੇ ਹਾਇਲ ਇੱਥੋਂ ਆਪਾਂ ਟੁਰਨਾ, ਬੱਸ ਨੇ ਘੁੰਮਾ ਕੇ ਤਾਂ ਅਗਲੀ ਸਾਈਡ ਦੇ ਹਾਇਲ ਏਅਰਪੋਰਟ ਦੇ ਵਿੱਚ ਲਾ ਦੇਣਾ। ਮਿਲਦੇ ਹਾਂ ਜਦੋਂ ਲਾਂਦੀ ਇੱਕ ਮਿੰਟ। ਲੋਈਆ ਬੱਸ ਨੇ ਸਾਨੂੰ ਘੁੰਮਾਇਆ ਘੁੰਮਾ ਕੇ ਅਤੇ ਹਾਇਲ ਏਅਰਪੋਰਟ ਆ ਸ਼ੋਤਾ ਖਲੋਤਾ ਜੇ ਇਹਨਾਂ ਤੋਂ ਬਚ ਕੇ ਰਹਿਣਾ ਬਸ ਘੁੰਮਾ ਕੇ ਅਤੇ ਹਾਇਲ ਏਅਰਪੋਰਟ ਦੇ ਵਿੱਚ ਲਾ ਦੇਗੀ। ਆ ਦੋ ਝਾਏ ਖਲੋਤੇ ਗਿਣਤੀ ਦੇ ਦੁਨੀਆ ਦਾ ਸਾਰਾ ਸਾਊਦੀ ਅਰਬਿਆ ਸਾਨੂੰ ਜਾਲ ਹਾਇਲ ਦੋਆ ਜੀ। ਆ ਅਸੀਂ ਏਅਰਪੋਰਟੋਂ ਨਿਕਲੇ ਹਾਂ ਅਤੇ ਘਰ ਜੀ ਆ ਰਹੇ ਜੀ ਆਪਣੀ ਰਿਹਾਇਸ਼ 'ਤੇ ਜਿੱਥੇ ਅਸੀਂ ਰਹਿਣਾ ਮਰਨਾ ਹੈਗਾ ਜੀ। ਸਿਰਫ ਖਜੂਰਾਂ ਹੀ ਨਜ਼ਰ ਆਉਣੀਆਂ, ਹੋਰ ਕੋਈ ਪੌਦਾ ਸ਼ੌਦਾ ਨਹੀਂ। ਅਤੇ ਸੁਨਸਾਨ ਰੇਗਿਸਤਾਨ ਪਹਾੜ ਪਹਾੜਾਂ ਦੇ ਵਿੱਚ ਇਲਾਕਾ ਹਾਇਲ ਵੀ ਅਸੀਂ ਜਾ ਰਹੇ ਜੀ ਹੁਣ ਘਰ। ਹਾਇਲ ਦੀ ਸਾਰਿਆਂ ਨਾਲ ਵੱਡੀ ਮਸਜਿਦ ਹੈਗੀ। ਹੁਣ ਤਾਂ ਜਾ ਰਹੇ ਸਿੱਧੇ ਘਰ, ਅਗਲੀ ਕਿਸੇ ਵੀਡੀਓ 'ਚ ਵਿਖਾਵਾਂ। ਲਓ ਜੀ ਅਸੀਂ ਪਹੁੰਚ ਗਏ ਜੀ ਘਰ। ਘਰ ਸਾਡੇ ਲਈ ਲੰਗਰ ਪਾਣ ਦਾ ਇੰਤਜ਼ਾਮ ਹੋਇਆ। ਰਿਹਾਇਸ਼ ਤੁਹਾਨੂੰ ਵਿਖਾਉਣਾ ਆ ਗਏ। ਆਹ ਸਾਡੀ ਰਿਹਾਇਸ਼ ਹੈਗੀ ਜਿੱਥੇ ਮੈਂ ਰਹਿ ਰਿਹਾ ਇਸ ਟਾਈਮ। ਉਹ ਇੱਕ ਦੋ ਦਿਨ ਠਹਿਰ ਕੇ ਫਿਰ ਵੀਡੀਓ ਬਣਾਈ ਸੀ। ਆਹ ਦਰਵਾਜ਼ੇ ਅੰਦਰ ਵਾਲੇ ਗਏ। ਆਹ ਏ ਸੀ ਉਸੀ ਪਏ, ਏ ਸੀ ਨੇ ਕੰਮ ਕਰਦੇ ਨੇ ਜ਼ਿਆਦਾ। ਆਹ ਏ ਸੀ ਪੌੜੀਆਂ ਛੋੜੀਆਂ ਪਈਆਂ ਜੀ, ਦਰਵਾਜ਼ਾ ਬੰਦ ਕਰਦੇ ਆ ਜੀ। ਆ ਜੀ ਅੱਗੇ ਸਾਡਾ ਸਾਂਝਾ ਕਿਚਨ ਆ ਗਿਆ ਜੀ। ਸਾਰਿਆਂ ਸਾਂਝੇ ਭਾਂਡੇ ਅਤੇ ਸਾਂਝਾ ਕਿਚਨ ਤਿਆਰ। ਆਹ ਜੀ ਸਾਂਝਾ ਵਾਸ਼ਰੂਮ ਨਾਲ। ਇਹ ਮੈਂ ਹੂੰ, ਇਹ ਹਮਾਰਾ ਕਿਚਨ ਹੈ ਔਰ ਯਹਾਂ ਪਾਰਟੀ ਨਹੀਂ ਹੋ ਰਹੀ ਹੈ। ਉਹ ਥੱਲੇ ਵੇਖਿਆ ਸ਼ੀਸ਼ੇ ਸ਼ੂਸ਼ੇ ਪਏ ਹੈਗੇ, ਵੀ ਪੀ ਪੀ ਲੈਂਦੇ ਇੱਥੇ ਕੱਪੜੇ ਕੁੱਪੜੇ। ਕੋਈ ਇੱਕ ਅੱਧਾ ਸੂਟ ਪਾ ਕੇ ਲਿਆ ਵੀ ਵਾਸ਼ਰੂਮ। ਉਹ ਗੱਲਾਂ ਖੈਰ ਕਰੇ, ਇੱਕ ਬੰਦੇ ਦਾ ਕਮਰਾ ਆ ਗਿਆ, ਇਹਦੇ 'ਚ ਦੋ ਜਣੇ ਰਹਿੰਦੇ। ਉਹ ਨੁੱਕਰ ਵਾਲਾ ਕਮਰਾ ਖਾਲੀ ਹੈ, ਜਿਹਦੀ ਲਾਈਟ ਬਰ ਰਹੀ ਹੈ। ਸਾਡਾ ਕਮਰਾ ਆ ਸਾਹਮਣੇ ਜੀ, ਤਿੰਨ ਚਾਰ ਰਹਿੰਦੇ ਇੱਧਰ, ਪੰਜ ਸੱਤ ਰਹਿੰਦੇ ਮੁੰਡੇ। ਹੋਰ ਜੀ ਅੱਗੇ ਜਾਂਦੇ ਜੀ, ਤੁਹਾਨੂੰ ਮੈਂ ਆਪਣਾ ਕਮਰਾ ਵਿਖਾਉਂਦਾ ਜੀ, ਆਪਣਾ ਬਿਸਤਰਾ ਜਿੱਥੇ ਮੈਂ ਰਹਿ ਰਿਹਾ। ਆਹ ਕਮਰਾ ਖਾਲੀ। ਆਹ ਜੀ ਆਹ ਮੇਰੇ ਭਰਾ ਦਾ ਅਤੇ ਕਜ਼ਨ ਦਾ ਬਿਸਤਰਾ ਆ ਗਿਆ ਜੀ। ਠੀਕ ਹੈ, ਉੱਥੇ ਚੜ ਜਾਓ ਜੀ। ਇਹ ਲਓ ਜੀ, ਇਹ ਚੋਰੀ ਸਾਹ ਦਾ ਬਿਸਤਰਾ ਆ ਗਿਆ ਸਾਈਡ 'ਤੇ। ਇਹ ਸਾਡਾ ਬਿਸਤਰਾ ਹੈਗਾ ਜੀ। ਚਲੋ ਜੀ, ਅੱਲਾ ਸੋਹਣਾ ਖੈਰ ਕਰੇ ਜੀ। ਕਿਸੇ ਅਗਲੀ ਵੀਡੀਓ 'ਚ ਮਿਲਣੀ ਹੈ ਜੀ। ਅੱਲਾ ਹਾਫਿਜ਼। ਆ ਦੁਬਾਰਾ ਰਹਿ ਗਿਆ ਸੀ ਨਾਲ ਬੋਤਲ ਸ਼ੋਤਲ, ਉਹ ਤਾਂ ਨਹੀਂ ਸੀ ਰੱਖੀ। ਮੈਂ ਆ ਕੇ ਇੱਕ ਵਾਰੀ ਫਿਰ ਵਿਖਾ ਦੀ। ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਯਾਰ, ਮਾੜੇ ਬੰਦੇ ਧੁੱਪੇ ਕਈ।